अस्सलाम वालेकुम, वेलकम बैक तुहाडे अपने चैनल ते। आ गए हां असीं वापस एक नवी वीडियो दे नाल ते अज असीं लेके आए हां जी एक तुहाडे नाल बहुत ही वधिया सोंग जिहड़ा साडे एक वीर सी गुरमीत सिंह उन्होंने सानू सेंड किया सी कि एस वीरो एस गाने दे उत्ते लाजमी रिएक्शन देना। इंदे ते उन्होंने टाइटल दिता होया सी जी पंजाब फुल सोंग प्रधान। ये शहजाद सिद्धू ते ए आर वट्टू दा इहदा सोंग है, बड़ा फेमस सोंग है ते उन्होंने कहा सी इन्हां दे उत्ते लाजमी रिएक्शन देना, तुहानू मजा आएगा। ते बिना किसी देर करते आज दी वीडियो कर दिए शुरू हो रही है। पंजाब ओ चढ़दा सियाल लैंदे मौत नाल फेरे, पंजाब दे किसानां लाए दिल्ली विच डेरे। ते किसान बंदा कदे वेला नहीं रहिंदा, एक गल खोल के दिल्ली दे कन्नां च पाती ते धरने दे बैठे जट्टां ने सड़कां दे डिवाइडरां ते गंडियां दी पनीरी लाती। ਇਹ ਉਹ ਕੌਮਾਂ ਚੋਂ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਚਰਦੇ ਆ। ਕਾਲਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਦੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ। ਇਹਨਾਂ ਤੇ ਚੜ੍ਹਦਾ ਪੰਜਾਬ ਇਕੱਠੇ ਨੇ, ਜਿਹੜਾ ਵੱਡਾ ਪੁਰਾਣਾ ਸਾਂਝਾ ਪੰਜਾਬ ਆ। ਪਾਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈਆਂ ਹੱਡਾਂ ਵਿੱਚ ਚੀਸ ਬਣ ਕੇ, ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ, ਜੋ ਨਿਕਲੂਗੀ ਅੱਜ ਉਹ ਰੀਝ ਤਣ ਕੇ। ਪਈ ਸੀ ਜੋ ਵੰਡ 47 ਵੇਲੇ ਦੀ, ਰਚੀ ਪਈਆਂ ਹੱਡਾਂ ਵਿੱਚ ਚੀਸ ਬਣ ਕੇ, ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ, ਜੋ ਨਿਕਲੂਗੀ ਅੱਜ ਉਹ ਰੀਝ ਤਣ ਕੇ। ਪਹਿਲੇ ਦੀਆਂ ਲੀਕਾਂ ਹਾਲੇ ਟੱਪੀਆਂ ਨੀ ਗਈਆਂ, ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ। ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਦਾ। ਚੜ੍ਹਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ, ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਦਾ। ਸਾਡਾ ਇੱਕ ਕਿਸਾਨ ਜਜ਼ਬਾਤੀ ਹੋ ਗਿਆ, ਸਾਡਾ ਇੱਕ ਕਿਸਾਨ ਜਜ਼ਬ ਪੰਜਾਲੀਆਂ ਤੇ ਪਲਦਾ ਨਾ ਹੋਇਆ, ਜੋ ਜਵਾਨ ਵਾਚ ਆਖ ਤੇ ਕਿਸਾਨ ਅੱਤਵਾਦੀ ਹੋ ਗਿਆ। ਆਪ ਦੇਖ ਤਾਂ ਦੇ ਵਿੱਚ ਸੋਚ ਕੇ ਗੁਲਾਮੀ, ਅੱਜ ਸਾਡਾ ਇੱਕ ਕਿਸਾਨ ਜਜ਼ਬਾਤੀ ਹੋ ਗਿਆ, ਸਾਡਾ ਇੱਕ ਕਿਸਾਨ ਜਜ਼ਬਾਤੀ ਹੋ ਗਿਆ। ਕਰ ਲਓ ਹਿਸਾਬ ਹੋਣਾ ਮੁੱਲ ਹੈ ਖਰਾਬ, ਜਦੋਂ ਰਲ ਗਿਆ ਪੰਜਾਬ ਵਰੂ ਸੁੱਟ ਛੱਡਵਾ। ਚੜ੍ਹਦਾ ਪੰਜਾਬ ਨਹੀਂ ਉਹ ਕੱਲਾ ਸੋਚ ਲਓ, ਲੈਂਦੇ ਵੱਲੋਂ ਲਓ ਜੀ ਬੇਲੀਓ ਤੋਂ ਸੱਜਣੋ ਇਹ ਸੀ ਅੱਜ ਦਾ ਸੌਂਗ, ਅਤੇ ਸੌਂਗ ਬੜਾ ਹੀ ਜ਼ਬਰਦਸਤ ਸੀ ਜੋ ਇਹ ਉਹਨਾਂ ਨੇ ਸੌਂਗ ਜਿਹੜਾ ਡੈਡੀਕੇਟ ਕੀਤਾ ਗਿਆ ਇਹ ਕਿਸਾਨਾਂ ਲਈ ਕੀਤਾ ਗਿਆ, ਕਿਉਂਕਿ ਕੁਛ ਦੇਰ ਪਹਿਲੇ ਇਹ ਜਿਹੜੇ ਸਾਡੇ ਉੱਥੇ ਇੰਡੀਆ ਦੇ ਵਿੱਚ ਕਿਸਾਨ ਫਾਰਮਰ ਭਰਾ ਸੀ ਉਹਨਾਂ ਦੇ ਨਾਲ ਨਾ ਕਾਫੀ ਥੋੜ੍ਹਾ ਕੁ ਦਿਨ ਸਮਝ ਲਓ ਕਿ ਜ਼ਿਆਦਤੀ ਹੋਈ ਸੀ, ਜ਼ੁਲਮ ਹੋਇਆ ਸੀ
ਉਹਨਾਂ ਦੇ ਪਾਣੀ ਬੰਦ ਕਰ ਦਿੱਤੇ ਗਏ ਸੀ, ਉਹਨਾਂ ਦੀ ਫਸਲਾਂ ਚੰਗੀਆਂ ਨਹੀਂ ਸੀ ਹੋਈਆਂ, ਉਹਨਾਂ ਦੇ ਨਾਲ ਨਾ ਬੜੀ ਨਾਇਨਸਾਫੀ ਕੀਤੀ ਗਈ ਸੀ। ਇਹ ਸੌਂਗ ਸਪੈਸ਼ਲੀ ਉਹਨਾਂ ਲਈ ਸੀ ਕਿ ਉਹਨਾਂ ਦਾ ਹੱਕ, ਉਹਨਾਂ ਨੇ ਜਵਾਬ ਇਹ ਦਿੱਤਾ ਹੈ ਕਿ ਇਹਨਾਂ ਕਿਸਾਨ ਭਰਾਵਾਂ ਦਾ ਹੱਕ ਨਾ ਮਾਰੋ ਵਰਨਾ ਲੈਂਦੇ ਪੰਜਾਬ ਵੱਲੋਂ ਵੀ ਤੁਹਾਨੂੰ ਜਵਾਬ ਆਉਣਗੇ। ਕਿਉਂਕਿ ਜਿਹੜੇ ਇੰਡੀਆ ਦੇ ਵਿੱਚ ਸਾਡੇ ਫਾਰਮਰ ਭਰਾ ਬੈਠੇ ਹੋਏ ਨੇ, ਇਹ ਉਹਨਾਂ ਨੂੰ ਸੌਂਗ ਸੀ ਕਿ ਉਹਨਾਂ ਨੂੰ ਇੱਡਾ ਜਿੰਨਾ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਸੀ। ਕਿਉਂਕਿ ਅੱਜ ਅਗਰ ਕਿਸਾਨ ਫਸਲ ਨਹੀਂ ਬੋਏਗਾ, ਜ਼ਮੀਨ ਨਹੀਂ ਵਾਏਗਾ, ਤਾਂ ਕਿਤੇ ਵੀ ਫੂਡ ਨਹੀਂ ਪਹੁੰਚੇਗਾ, ਕਿਤੇ ਵੀ ਕੋਈ ਚੰਗੀਆਂ ਖੁਰਾਕਾਂ ਨਹੀਂ ਪਹੁੰਚੀਆਂ ਜਾਣਗੀਆਂ। ਐਂਡ ਵਿੱਚ ਉਹਨਾਂ ਨੇ ਟਾਈਟਲ ਵੀ ਦਿੱਤਾ ਗਿਆ, ਨੋ ਫਾਰਮਰ ਨੋ ਫੂਡ। ਅਗਰ ਕਿਸਾਨ ਨਹੀਂ ਰਹੇਗਾ ਤਾਂ ਤੁਹਾਨੂੰ ਫੂਡ ਵੀ ਕਿਤੇ ਨਹੀਂ ਚੰਗਾ ਮਿਲੇਗਾ। ਕਿਉਂਕਿ ਫਾਰਮਰ ਅਗਰ ਆਪਣਾ ਬੀਜ ਬੋਣਾ ਬੰਦ ਕਰ ਦੇਣਗੇ ਨਾ, ਤਾਂ ਸਮਝ ਲਓ ਕਿ ਪੂਰੀ ਦੁਨੀਆ ਹੀ ਭੁੱਖੀ ਮਰ ਜਾਏਗੀ ਯਾਰ। ਤੁਹਾਨੂੰ ਅਗਰ ਘਰ ਬੈਠਿਆਂ ਨੂੰ ਚੰਗੀਆਂ ਖੁਰਾਕਾਂ ਮਿਲਦੀਆਂ ਪਈਆਂ ਨੇ, ਇਹ ਕਿਸਾਨ ਭਰਾਵਾਂ ਦੇ ਸਿਰ ਦੀ ਮਿਲਦੀਆਂ ਪਈਆਂ ਨੇ, ਉਹਨਾਂ ਨੂੰ ਦੁਆਵਾਂ, ਉਹਨਾਂ ਨੂੰ ਦੁਆਵਾਂ ਦੇਣੀਆਂ ਚਾਹੀਦੀਆਂ ਕਿ ਯਾਰ ਉਹਨਾਂ ਦੀ ਵਜ੍ਹਾ ਤੋਂ ਸਾਨੂੰ ਇੱਕ ਅੱਛੀ ਜ਼ਿੰਦਗੀ, ਇੱਕ ਅੱਛੀ ਸਿਹਤ ਮਿਲਦੀ ਪਈ ਹੈ। ਇਹ ਗਾਣਾ ਸਪੈਸ਼ਲੀ ਸਾਡੇ ਕਿਸਾਨ ਭਰਾਵਾਂ ਲਈ ਸੀ, ਅਤੇ ਬੜਾ ਹੀ ਜ਼ਬਰਦਸਤ ਸੀ, ਬੜਾ ਹੀ ਉਹਨਾਂ ਨੇ ਚੰਗੇ ਬੋਲ ਬੋਲੇ ਨੇ ਕਿ ਇੰਨਾ ਵੈਸੇ ਉਹਨਾਂ ਲਈ ਉਹਨਾਂ ਨਾਲ ਜ਼ਿਆਦਤੀ ਨਹੀਂ ਕਰਨੀ ਚਾਹੀਦੀ, ਉਹਨਾਂ ਦਾ ਹੱਕ ਨਾ ਮਾਰਿਆ ਜਾਵੇ, ਉਹਨਾਂ ਨੂੰ ਉਹਨਾਂ ਦਾ ਪੂਰਾ ਆਪਣਾ ਹੱਕ ਦਿੱਤਾ ਜਾਵੇ। ਅਤੇ ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਨੂੰ ਸੌਂਗ ਕਿੱਦਾਂ ਦਾ ਲੱਗਾ? ਜੀ ਵਾਕਈ ਫਸਟ ਟਾਈਮ ਸੁਣਿਆ ਤਾਂ ਵਾਕਈ ਬਹੁਤ ਅੱਛਾ ਸੌਂਗ ਸੀ, ਦਿਲ ਨੂੰ ਲੱਗ ਗਿਆ, ਮਜ਼ਾ ਆ ਗਿਆ ਸੌਂਗ। ਜੀ ਬਿਲਕੁਲ ਜੀ ਗਾਇਸ, ਵਾਕਈ ਬਹੁਤ ਹੀ ਵਧੀਆ, ਬਹੁਤ ਹੀ ਘੈਂਟ ਸੌਂਗ ਸੀ, ਕਿ ਜਿਸ ਤਰ੍ਹਾਂ ਦੇ ਵਿੱਚ ਦੱਸਿਆ ਗਿਆ ਕਿ ਕਿਸਾਨ ਜਿਹੜੀ ਹੈ ਇੱਕ ਕੌਮ ਦੀ ਬੁਨਿਆਦ। ਬਿਲਕੁਲ, ਤੇ ਵਾਕਈ ਜਿਸ ਤਰ੍ਹਾਂ ਗਾਣੇ 'ਚ ਵੀ ਕਿਹਾ ਗਿਆ ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਇਕੱਠਾ ਹੋ ਜਾਏਗਾ ਅਗਰ ਕਿਸਾਨ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਜਿਸ ਤਰ੍ਹਾਂ ਪੰਜਾਬੀ ਗਾਣੇ ਨੇ ਨਾ, ਇਹਨਾਂ ਵਿੱਚ ਕੁਝ ਸਬਕ ਹੁੰਦਾ। ਬਿਲਕੁਲ ਜੀ ਬਿਲਕੁਲ, ਸਭ ਨਾਲ ਵਧੀਆ ਤੇ ਸਭ ਨਾਲ ਚੰਗੀ ਹੈ ਕਿ ਇਹਨਾਂ ਦੇ ਵਿੱਚ ਸਬਕ ਹੁੰਦਾ ਜਿਹਦੇ ਵਿੱਚ ਸਾਨੂੰ ਪਤਾ ਚੱਲਦਾ ਕਿ ਇਹ ਹੋਣ ਦੇ ਆਵੇ। ਇੱਕ ਤੇ ਅਸੀਂ ਸੌਂਗ ਸੁਣ ਲੈਂਦੇ ਹਾਂ, ਦੂਸਰਾ ਸਾਨੂੰ ਉਹ ਤੋਂ ਸਬਕ ਵੀ ਹਾਸਲ ਹੁੰਦਾ ਹੈ, ਤੇ ਵਾਕਈ ਬਹੁਤ ਹੀ ਵਧੀਆ, ਬਹੁਤ ਹੀ ਘੈਂਟ ਲੱਗਾ ਮੈਨੂੰ। ਜੀ ਵਾਕਈ ਵੀਰੋ, ਤੇ ਦੇਖਿਆ ਜਾਵੇ ਤੇ ਉਹਨਾਂ ਨੇ ਜਿਸ ਤਰ੍ਹਾਂ ਮਾੜਾ ਜਿਹਾ ਕਿਸਾਨ ਭਰਾਵਾਂ ਦੇ ਤਕਲੀਫ ਦੀ ਆਵਾਜ਼ ਉੱਠੀ ਹੈ, ਅਤੇ ਇੱਧਰੋਂ ਲਹਿੰਦੇ ਪੰਜਾਬ ਵੱਲੋਂ ਵੀ ਆਵਾਜ਼ਾਂ ਆਉਣ ਲੱਗ ਪਈਆਂ ਨੇ ਕਿ ਯਾਰ ਇਹ ਪੰਜਾਬ ਦੋ ਨਹੀਂ ਹੈ, ਇਹ ਪੰਜਾਬ ਮੁਸੀਬਤ ਵਕਤ ਵੀ ਇੱਕ ਹੀ ਹੈ। ਇਹ ਤਾਂ ਉਹਨਾਂ ਨੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਉਹਨਾਂ ਨੇ ਵਿੱਚ ਲਕੀਰਾਂ ਮਾਰ ਦਿੱਤੀਆਂ, ਪਾਰਟੀਸ਼ਨਾਂ ਕਰ ਦਿੱਤੀਆਂ, ਪਰ ਪੰਜਾਬ ਸਾਡਾ ਇੱਕ ਹੀ ਹੈ। ਜੇ ਉਸ ਪੰਜਾਬ ਨੂੰ ਤਕਲੀਫ ਹੋਈ, ਦਰਦ ਇੱਧਰ ਵੀ ਹੋਏਗਾ, ਆਵਾਜ਼ਾਂ ਇਸ ਪੰਜਾਬ ਵੱਲੋਂ ਵੀ ਆਉਣਗੀਆਂ। ਕਿਉਂਕਿ ਸਾਡੇ ਕਿਸਾਨ ਭਰਾ ਜਿਹੜੇ ਹੈਗੇ ਨੇ ਯਾਰ, ਹਰ ਦੇਖਿਆ ਜਾਵੇ ਕਿ ਹਰ ਦੇਖਿਆ ਜਾਵੇ ਹਰ ਮੁਲਕ ਦੇ ਵਿੱਚ ਹੀ ਸਾਡੇ ਪੰਜਾਬੀ ਭਰਾ ਪਾਏ ਜਾਂਦੇ ਨੇ, ਕਿਸਾਨ ਹੈਗੇ ਨੇ, ਅਤੇ ਜੇ ਕਿਸਾਨਾਂ ਨੂੰ ਤਕਲੀਫ ਹੋਏਗੀ ਤਾਂ ਪੂਰੇ ਮੁਲਕ ਨੂੰ ਹੀ ਤਕਲੀਫ ਹੋਏਗੀ। ਅਤੇ ਗਾਈ, ਸਾਨੂੰ ਤਾਂ ਸੌਂਗ ਬੜਾ ਹੀ ਚੰਗਾ ਲੱਗਾ, ਸਾਡੇ ਦਿਲ ਨੂੰ ਵੱਜਿਆ, ਕਿਉਂਕਿ ਅਸੀਂ ਖੁਦ ਵੀ ਇੱਕ ਫਾਰਮਰ ਹੈਗੇ ਹਾਂ, ਸਾਨੂੰ ਪਤਾ ਹੈ ਕਿ ਜ਼ਮੀਨ ਕੀ ਹੁੰਦੀ ਹੈ। ਜ਼ਮੀਨ ਸਮਝ ਲਓ ਕਿ ਪੰਜਾਬੀਆਂ ਦੀ ਮਾਵਾਂ ਤਰ੍ਹਾਂ ਨਹੀਂ ਹੁੰਦੀ, ਆਪਣੇ ਪੁੱਤਾਂ ਤਰ੍ਹਾਂ ਹੀ ਉਹਨਾਂ ਨੂੰ ਜ਼ਮੀਨਾਂ ਨੂੰ ਪਾਲਦੇ ਨੇ ਯਾਰ ਹੁੰਦੇ, ਅਤੇ ਜਿਸ ਤਰ੍ਹਾਂ ਉਹਨਾਂ 'ਤੇ ਮਿਹਨਤਾਂ ਕਰਦੇ ਨੇ ਦਿਨ ਰਾਤ, ਉਹ ਇੱਕ ਕਰ ਦਿੰਦੇ ਨੇ, ਜਿਵੇਂ ਉਹਨੇ ਦੱਸਿਆ ਕਿ ਅੱਧੀ ਅੱਧੀ ਰਾਤ ਨੂੰ ਸੱਪਾਂ ਦੀਆਂ ਸੀਰੀਆਂ 'ਤੇ ਪੈਰ ਰੱਖ ਕੇ ਉਹ ਪਾਣੀਆਂ ਦੇ ਨੱਕੇ ਲਾਉਂਦੇ ਨੇ। ਯਾਰ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ, ਉਹਨਾਂ ਨੂੰ ਆਪਣੀ ਜ਼ਮੀਨ ਦਾ ਹੁੰਦਾ ਕਿ ਅਸੀਂ ਜ਼ਮੀਨ ਬਹਾਂਗੇ ਅਤੇ ਸ਼ਹਿਰਾਂ ਤੀਕਰ ਯਾਰ ਚੰਗੀ ਖੁਰਾਕ ਜਾਏਗੀ। ਅਤੇ ਐਸੇ ਗੱਲੋਂ ਗਾਣਾ ਸੁਣ ਕੇ ਇੱਕ ਵਾਰੀ ਤਾਂ ਇਹ ਦਿਲ ਨੂੰ ਥੋੜ੍ਹਾ ਕੁ ਜਿੰਨਾ ਜਿਹਾ ਝਟਕਾ ਵੀ ਲੱਗਾ ਕਿ ਉੱਥੇ ਗਲਤ ਹੋ ਰਿਹਾ, ਜੋ ਵੀ ਹੋ ਰਿਹਾ ਕਿਸਾਨਾਂ ਦੇ ਨਾਲ, ਅੱਲਾਹ ਪਾਕ ਉਹਨਾਂ ਦੀ ਗੈਬੀ ਮਦਦ ਫਰਮਾਵੇ, ਨਹੀਂ ਤਾਂ ਫਿਰ ਜਿਹੜੇ ਨੇ ਇਹਨਾਂ ਨੇ ਦੋ ਪੰਜਾਬ ਬਣਾਏ ਨੇ, ਉਹ ਪੰਜਾਬ ਨੂੰ ਇੱਕ ਹੋਣਾ ਪੈ ਜਾਣਾ ਜੀ, ਫਿਰ ਨਾ ਕਹਿਣਾ ਕਿ ਕੱਲ੍ਹ ਨੂੰ ਤਕਲੀਫ ਹੋ ਗਈ ਜੇ। ਅਤੇ ਐਸੇ ਗੱਲੋਂ ਸਾਨੂੰ ਤਾਂ ਸੌਂਗ ਬੜਾ ਚੰਗਾ ਲੱਗਾ, ਤੁਹਾਨੂੰ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓਗਾ। ਮਿਲਦੇ ਹਾਂ ਅਗਲੀ ਵੀਡੀਓ 'ਚ, ਰੱਖਿਓ ਆਪਣਾ ਬਹੁਤ ਸਾਰਾ ਖਿਆਲ, ਗੁੱਡ ਬਾਏ, ਅੱਲਾ ਹਾਫਿਜ਼।